ये मंदिर के बाहर एलसीडी लगी हुई है जो अंदर का लाइव प्रोग्राम एलसीडी के माध्यम से दर्शन देखते हुए नए साल के उपलक्ष्य में बाबा जी के मंदिर में जागरण होता हुआ बड़े उत्साह के साथ जिसका साथ निभाता बाबा उसकी
ये यहाँ पर भंडारा चलता हुआ दर्शक प्रसाद ग्रहण करते हुए यहाँ पर जागरण में भंडारे में एक LCD का प्रोग्राम यहाँ भंडारे में भी रखा गया जो अंदर मंदिर का लाइव दर्शन दिखाया जा रहा है। यहाँ पर बोल सालाधर भगवान की जय, खाटू श्याम बाबा की जय। बाहर का नज़ारा बड़ा खूबसूरत है। 31 दिसंबर रविवार का दिन, साल आज 2023 खत्म होने वाला है, 2024 के नए साल के उपलक्ष में आज जागरण और भंडारा बालाजी मंदिर में बड़े धूमधाम के साथ मनाया जा रहा है। जय श्री श्याम, जय श्री बालाजी। इसके बाहर जोड़ा घर बनाया गया है जहां दर्शक अपने जूते यहां जमा करवा रहे हैं। सुनाम वेलफेयर कमेटी के माध्यम से लोक सेवा जोड़ा क्लब रजिस्टर्ड IALU बाबा भाई मोहन साहब जी के माध्यम से यहाँ पर जोड़ा घर बनाया गया। दर्शक पूरा आनंद लेते हुए जागरण का, भंडारे का, नए साल के उपलक्ष्य में जो जागरण है, भंडारा है, वो तो बहुत ही अच्छा प्रोग्राम चल रहा है। सभी को नया साल बहुत मुबारक हो। जय श्री श्याम। ये बाबा के मंदिर के पास नई धर्मशाला बनी हुई है, इसकी सजावट देखते हुए बनती है और ये धर्मशाला अगले 2-3 महीने में कंप्लीट हो जाएगी। ये सब बाबा का आशीर्वाद है। मंदिर बड़े लेवल पे प्रोग्रेस हो रहा है बाबा की कृपा से। और यहाँ हर साल 31 दिसंबर को नए साल के उपलक्ष्य में हर साल प्रोग्राम मनाया जाता है, जागरण होता है, भंडारा होता है, लंगर बड़े धूमधाम से अटूट चलता है और सभी श्रद्धालु सभी भक्तजन यहाँ मंदिर में आके प्रसाद और बाबा का आशीर्वाद लेने के लिए हर साल 31 दिसंबर को यहाँ पर इकट्ठा होते हैं, जैसे आज इकट्ठा हुए हैं। नए साल की सभी को बाबा की तरफ से हार्दिक शुभकामनाएं, बालाजी मंदिर ट्रस्ट की तरफ से सभी को हार्दिक शुभकामनाएं। जय श्री श्याम। साढ़े भी जाके कैबिनेट मंत्री अमन अरोड़ा जी पहुंचे हैं, सारे बाजार ओदे बारे ਤੁਸੀਂ ਬਾਲਾ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਔਰ ਮੈਂ ਮੰਨ ਕੇ ਚੱਲਦਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਜਿਸ ਦਿਨ ਦੇ ਡੈਡੀ ਗਏ ਨੇ ਉਸ ਦਿਨ ਦਾ ਇਹ ਸਿਲਸਿਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਪਰ ਇੱਕ ਚੀਜ਼ ਦੇ ਸਭ ਤੋਂ ਵੱਧ ਹੌਸਲਾ ਜਿਸ ਚੀਜ਼ ਦਾ ਹੈ ਉਹ ਇਹ ਕਿ ਜਦੋਂ ਵੀ ਕਿਉਂਕਿ ਡੈਡੀ ਦੇ ਹੁੰਦਿਆਂ ਤਾਂ ਕਦੇ ਕੋਈ ਤੱਤੀ ਵਾਹ ਨਹੀਂ ਲੱਗਣ ਦਿੱਤੀ ਸੀਗੀ ਪਰ ਉਹਨਾਂ ਦੇ ਜਾਣ ਦੇ ਨਾਲ ਨਾਲ ਜਿਹੋ ਜਿਹਾ ਪਰਿਵਾਰਕ ਮਾਹੌਲ ਚੱਲਿਆ ਤੇ ਉਹਦੇ ਵਿੱਚ ਬਹੁਤ ਸਮੇਂ ਆਏ ਕਿ ਜਦ ਔਖਾ ਬਣ ਕੇ ਤੇ ਉਹ ਬਾਲਾ ਜੀ ਮਹਾਰਾਜ ਨੂੰ ਸਵਾਲ ਕੀਤੇ ਤੱਕ ਲੈ ਕੇ ਆਏ ਨੇ ਸੋ ਇਹ ਠੀਕ ਹੈ ਕਿ ਹੁਣ ਇੱਕ ਮੇਰੇ ਵੱਲੋਂ ਤਾਂ ਹਮੇਸ਼ਾ ਇਹ ਰਿਹਾ ਕਿ ਚਲੋ ਰਿਸ਼ਤਾ ਇਹ ਜਿਹਾ ਤੇ ਕਦੇ ਵੀ ਉਹਨਾਂ ਕ ਸਮਾਂ ਤੇ ਉਹਨਾਂ ਕ ਗੱਲ ਉਹਨੀ ਕ ਬੁੱਧੀ ਉਹਨੀ ਕ ਤਾਕਤ ਜ਼ਰੂਰ ਬਖਸ਼ਿਓ ਕਿ ਮੈਂ ਆਪਦੇ ਇਸ ਵੱਡੇ ਪਰਿਵਾਰ ਦੀ ਜਿਹੜੀ ਜਨਮ ਭੂਮੀ ਹੈ ਮੇਰੀ ਤੇ ਕਰਮ ਭੂਮੀ ਹੈ ਮੇਰੀ ਸੁਨਾਮ ਇੱਥੋਂ ਦੀ ਮੈਂ ਸੇਵਾ ਕਰ ਸਕਾਂ ਇਹੀ ਅਰਦਾਸਾਂ ਦੇ ਬਾਲਾ ਜੀ ਦੇ ਚਰਨਾਂ ਦੇ ਵਿੱਚ ਔਰ ਇਹ ਠੀਕ ਹੈ ਕਿ ਜੋ ਧਰਤੀ ਦੇ ਹਾਲਾਤ ਹੁੰਦੀਆਂ ਨੇ ਉੱਥੇ ਕੋਈ ਜੀ ਕਈ ਵਾਰੀ ਨਿਆਂ ਮਿਲ ਜਾਂਦਾ ਕਈ ਵਾਰੀ ਅਨਿਆਂ ਮਿਲ ਜਾਂਦਾ ਹੈ ਪਰ ਇਹ ਉਹ ਕਚਹਿਰੀ ਹੈ ਜਿੱਥੇ ਅਨਿਆਂ ਨਾਮ ਦਾ ਸ਼ਬਦ ਹੀ ਨਹੀਂ ਹੈਗਾ ਇਥੋਂ ਨਿਆਂ ਮਿਲਣਾ ਹੀ ਮਿਲਣਾ ਤੇ ਮੇਰੀ ਤਾਂ 100% ਆਸਾ ਵਿਸ਼ਵਾਸ ਔਰ ਡਿਪੈਂਡੈਂਸ ਹੈ ਜਿਹੜੀ ਨਿਰਭਰਤਾ ਹੈ ਬਾਲਾ ਜੀ ਦੇ ਚਰਨਾਂ ਦੇ ਵਿੱਚ ਹੈ ਸੋ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ 'ਚ ਬਹੁਤ ਬਹੁਤ ਧੰਨਵਾਦ ਹੈ ਔਰ ਤੁਸੀਂ ਮੈਨੂੰ ਮੇਰੇ ਵੀਰ ਗੌਰਵ ਜੀ ਨੇ ਹੁਕਮ ਵੀ ਕੀਤਾ ਕਿ ਕੱਲ੍ਹ ਨੂੰ ਤੁਹਾਡੇ ਸਾਰਿਆਂ ਦੀ ਜੋ ਅਰਦਾਸਾਂ ਨੇ ਜੋ ਦੁਆਵਾਂ ਨੇ ਜੋ ਜੋ ਤੁਸੀਂ ਮੰਨਤਾਂ
ਮੰਗੀਆਂ ਨੇ ਆਪਣੇ ਲਈ ਆਪਣੇ ਪਰਿਵਾਰਾਂ ਦੇ ਲਈ ਸਗੇ ਸਬੰਧੀਆਂ ਦੇ ਲਈ ਗੱਲਾਂ ਕਰਦੇ ਸੀਗੇ ਕਿ ਕਦੇ ਤੁਹਾਡੇ ਮਗਰ ਕਦੇ ਕਿਸੇ ਮਗਰ ਕਦੇ ਕਿਸੇ ਮਗਰ ਤੁਸੀਂ ਸਾਰਿਆਂ ਨਾਲੋਂ ਸਿਆਣੇ ਹੋ ਤੁਸੀਂ ਨਕਲੀ ਤੇ ਟੈਂਪਰਰੀ ਸਰਕਾਰਾਂ ਦੇ ਮਗਰ ਨਹੀਂ ਹੈਗੇ ਤੁਸੀਂ ਅਸਲੀ ਤੇ ਪਰਮਾਨੈਂਟ ਸਰਕਾਰ ਦੇ ਮਗਰ ਲੱਗੇ ਹੋਏ ਹੋ ਸਾਰਿਆਂ ਨਾਲ ਸਿਆਣੇ ਵੀ ਹੋ ਸਾਰੇ ਨਾਲ ਭਾਗਾਂ ਵੀ ਹੋ ਮਾਮਾ ਜੋ ਅਸੀਂ ਵੀ ਜਿਹੜੇ ਸਰਕਾਰਾਂ ਸਤਪੁਰਾਂ ਚ ਆਉਂਦੇ ਹਾਂ ਸਰਕਾਰਾਂ ਬਣਾਉਂਦੇ ਆ ਜਾਂ ਉਹਦਾ ਰਾਜ ਭਾਗ ਦਾ ਆਨੰਦ ਮਾਣਦੇ ਆ ਉਹ ਵੀ ਕਿਰਪਾ ਜੀ ਇੱਧਰੋਂ ਹੁੰਦੀਆਂ ਨਾ ਤਾਂ ਹੀ ਸਾਡੇ ਕਰਮਾਂ 'ਚ ਲਿਖੀਆਂ ਜਾਂਦੀਆਂ ਨੇ ਜੋ ਚੀਜ਼ਾਂ ਨਹੀਂ ਸਾਡੇ ਕਰਮਾਂ 'ਚ ਵੀ ਕਿੱਥੇ ਸੰਭਵ ਨੇ ਉਹ ਜੇ ਬਾਲਾ ਜੀ ਨਾ ਲਿਖਣ ਸੋ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਜਿਸ ਸ਼ਿੱਦਤ ਦੇ ਨਾਲ ਜਿਸ ਪਿਆਰ ਦੇ ਨਾਲ ਜਿਸ ਸਨੇਹ ਦੇ ਨਾਲ ਜਿਸ ਮੁਹੱਬਤ ਦੇ ਨਾਲ ਜਿਸ ਦਿਲੋਂ ਤੁਸੀਂ ਜੋ ਅੱਜ ਦੁਆਵਾਂ ਮੇਰੇ ਲਈ ਔਰ ਮੇਰੇ ਪਰਿਵਾਰ ਲਈ ਮੰਗੀਆਂ ਨੇ ਉਹਨਾਂ ਲਈ ਮੈਂ ਸਦਾ ਸਾਰੀ ਉਮਰ ਤੁਹਾਡਾ ਰਿਣੀ ਰਹੂੰਗਾ ਬਹੁਤ ਬਹੁਤ ਧੰਨਵਾਦ ਜੀ ਮੈਂ ਬੇਨਤੀ ਕਰਾਂਗਾ ਇਸ ਤੋਂ ਬਾਅਦ ਆਪਾਂ 12 ਵਜੇ ਤੋਂ ਬਾਅਦ ਸੈਲੀਬ੍ਰੇਟ ਕਰਾਂਗੇ ਇੱਕ ਸਥਾਈ ਤੇ ਘੰਟਾ ਜਿਹਦਾ ਨੱਚਣ ਦਿਲ ਕਰਦਾ ਜਿਹੜੇ ਦੇ ਆਸਰੇ ਉੱਠਦੇ ਹੈ ਆਪਣੇ ਸਥਾਨ ਤੇ ਖੜੇ ਹੋ ਕੇ ਨਾਚੇ ਉਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਸਾਡੇ ਦੀਪਕ ਜੈਨ ਜੀ ਆਪਣੀ ਹਾਜ਼ਰੀ ਲਵਾਉਣਗੇ ਆਓ ਜਿਹਨਾਂ ਨੂੰ ਖੁਸ਼ੀ ਹੈ ਅੱਜ ਨਵਾਂ ਸਾਲ ਭਗਵਾਨ ਦੇ ਚਰਨਾਂ 'ਚ ਮਨਾ ਰਿਹਾ ਉਹ ਨੱਚ ਕੇ ਹਾਜ਼ਰੀ ਮਨਾਉਣਗੇ ਅਸੀਂ ਤੁਹਾਡੇ ਆਸਰੇ ਅਸੀਂ ਤੁਹਾਡੇ ਆਸਰੇ
आखिरी दिन श्री बाला जी के चरणों च हाथ लगाने का मौका मिला। बहुत ही शुक्रगुजार सारे कमेटी दे। Oh,
बहुत ही अच्छा प्रोग्राम जागरण नए साल के उपलक्ष्य में मनाया गया बालाजी मंदिर सुनाम बाला
बालाजी ट्रस्ट सुनाम कमेटी की ओर से बहुत आनंद आया और मैं सभी को नए साल की हार्दिक शुभकामनाएं देते हुए इसी ब्लॉग को, इस प्रोग्राम को यहीं पे समाप्त करता हूं, यहीं एंड करता हूं। और जो जानकारी मेरे द्वारा दी गई है, जो अच्छी लगी है, उस चैनल को लाइक सब्सक्राइब शेयर जरूर करें और सभी को सभी भक्तों को नए साल की हार्दिक बहुत बहुत हार्दिक शुभकामनाएं। जय श्री।